ਇਹਦੇ ਨਾਲ ਅਸੀਂ ਤੁਹਾਨੂੰ ਫਰਾਟਾ ਪੱਖਾ ਫ੍ਰੀ ਦੇਵਾਂਗੇ, ਛੋਟੀ ਫ੍ਰਿਜ ਫ੍ਰੀ ਦਊਗਾ, ਧਮਾਕਾ ਆਫਰ ਚੈਨਲ ਕੀਤਾ ਹੋਇਆ ਦਿਖਾਉਣਗੇ ਅਸੀਂ, ₹1000 ਕਲਵਾਰੀ ਡਿਸਕਾਊਂਟ ਕਰਾਂਗੇ, ਬਜਾਜ ਦਾ ਜਿਹੜਾ ਕਾਰਡ ਤੁਹਾਨੂੰ ਫ੍ਰੀ ਬਣਾ ਕੇ ਦੇਵਾਂਗੇ। ਠੀਕ ਹੈ, ਸਿੱਧਾ ਹੀ ₹4000 ਦਾ ਤੁਹਾਨੂੰ ਇੱਥੇ ਡਿਸਕਾਊਂਟ ਮਿਲੂਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਆ ਤੁਹਾਡਾ ਸਾਡੇ ਚੈਨਲ ਸੀਕਰਟ ਸਟੂਡੀਓ ਦੇ ਵਿੱਚ। ਅਤੇ ਅੱਜ ਆਪਾਂ ਬੈਠੇ ਹਾਂ ਜੀ ਸਟੂਡੀਓ, ਅਤੇ ਅੱਜ ਦਾ ਬਲੌਗ ਜਿਹੜਾ ਜੀ ਤੁਸੀਂ ਥੰਬਨੇਲ ਤਾਂ ਪਹਿਲਾਂ ਦੇਖ ਹੀ ਲਿਆ ਹੋਊਗਾ ਵੀਡੀਓ ਦਾ, ਅਤੇ ਜਿਹੜਾ ਆਪਾਂ ਬਲੌਗ ਬਣਾਉਣਾ ਜੀ ਅੱਜ, ਕਿ ਮੋਬਾਈਲ ਲਿਆ ਸੀਗਾ ਆਪਾਂ ਨਵਾਂ ਵੀਵੋ V27, ਅੱਜ ਆਪਾਂ ਪਹਿਲਾਂ ਲਵਾਵਾਂਗੇ ਫੋਨ ਨੂੰ ਗਲਾਸਗੜ੍ਹ, ਫਿਰ ਭਾਅ ਜੀ ਉਹਨਾਂ ਦੇ ਆਪਾਂ ਉੱਥੇ ਜਿਹੜੀ ਸ਼ੌਪ ਹੈ ਉਹਦੀ ਕਰਾਂਗੇ ਪ੍ਰਮੋਸ਼ਨ, ਕਿਉਂਕਿ ਉਹਨਾਂ ਕੋਲ ਬਹੁਤ ਸਾਰੀਆਂ ਇਲੈਕਟ੍ਰੋਨਿਕ ਚੀਜ਼ਾਂ ਆ ਜਿਹੜੀਆਂ ਤੁਹਾਡੇ ਡੇਲੀ ਨੀਡ ਦੇ ਵਿੱਚ ਕੰਮ ਆਉਣ ਵਾਲੀਆਂ ਆ। ਅਤੇ ਫਸਟ ਟਾਈਮ ਮੈਂ ਪ੍ਰਮੋਸ਼ਨ ਕਰਨੀ ਹੈ, ਤਾਂ ਤੁਸੀਂ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ, ਕਮੈਂਟ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿ ਮੈਂ ਹੋਰ ਇੱਦਾਂ ਦੀ ਵੀਡੀਓ ਤੁਹਾਡੇ ਲਈ ਲਿਆ ਸਕਾਂ। ਅਤੇ ਬਾਕੀ ਹੁਣ ਤੁਸੀਂ ਵੀਡੀਓ 'ਤੇ ਬਣੇ ਰਹੋ, ਅਤੇ ਚੱਲਦੇ ਹਾਂ ਭਾਅ ਜੀ ਹੁਣ ਦੁਕਾਨ 'ਤੇ। ਪਹੁੰਚ ਗਏ SK ਟੈਲੀਕਾਮ, ਸੰਜੀਵ ਭਾਅ ਜੀ ਅਤੇ ਉਹਨਾਂ ਤੋਂ ਲਿਆ ਮੋਬਾਈਲ ਅਸੀਂ। ਅਤੇ ਭਾਅ ਜੀ ਗਲਾਸ ਕਾਰਡ ਦਿਖਾਓ ਪਹਿਲਾਂ ਸਾਡਾ। ਆਇਆ ਜੀ ਗਲਾਸ ਕਾਰਡ, ਹਾਂਜੀ ਨਾ ਕਿ ਨੋਰਮਲ ਗਲਾਸ ਹੁੰਦਾ ਆ, ਇਹਦੀ ਖਾਸੀਅਤ ਹੈ ਕਿ ਲਿਕੁਇਡ ਲਾਇਆ ਜਾਂਦਾ ਆ। ਓਕੇ, ਸਪੈਸ਼ਲ UV ਗਲਾਸ ਹੁੰਦਾ ਹੈ ਜਿਹੜੇ ਕਰਬ ਵਾਲੇ ਫੋਨ ਹੁੰਦੇ ਨਾ ਉਹਨਾਂ ਵਾਸਤੇ ਹੁੰਦਾ ਹੈ। ਓਕੇ, ਆ ਕੀ ਨਾਲ ਆ ਗਲੂ, ਇਹ ਹੁੰਦਾ ਜੀ ਇਹ ਲਿਕੁਇਡ ਹੁੰਦਾ ਹੈ। ਠੀਕ ਹੈ, ਇਹਨਾਂ ਨੂੰ ਜੋੜਿਆ ਜਾਂਦਾ, ਇਹ UV ਲਾਈਟ ਹੁੰਦੀ ਆ, ਇਹ ਚਾਰਜਿੰਗ ਇੱਥੇ ਕੇਬਲ ਲੱਗ ਕੇ ਫਿਰ ਉਹਨੂੰ ਤੁਹਾਨੂੰ ਜਿੱਦਾਂ ਜਿੱਦਾਂ ਲਾਈਟ ਦੇਵਾਂਗੇ ਠੀਕ ਹੈ ਉੱਦਾਂ ਨਹੀਂ ਜੋੜੀ ਜਾਣਾ। ਓਕੇ, ਅਤੇ ਭਾਅ ਜੀ ਹੁਣ ਉਹਨੇ ਸਪੈਸ਼ਲ ਗਾਰਡ ਮੰਗਾਇਆ ਆ। ਲਓ ਜੀ ਭਾਅ ਜੀ ਹੁਣਾਂ ਨੇ ਮੋਬਾਈਲ ਲਿਆ ਹੁਣ ਸਾਡੇ ਵਾਲਾ ਆਪਣੇ ਕੋਲ ਰੱਖ, ਅਤੇ ਇਹ ਬਲੌਗ ਸ਼ੂਟ ਹੁੰਦਾ ਪਿਆ ਹੁਣ ਭਾਅ ਜੀ ਹੁਣਾਂ ਦੇ ਆਈਫੋਨ ਦੇ ਵਿੱਚ, ਕਿਉਂਕਿ ਮੋਬਾਈਲ ਜਿਹੜਾ ਸਾਡੇ ਵਾਲਾ ਸੀਗਾ ਉੱਥੇ ਹੁਣ ਗਲਾਸ ਕਾਰਡ ਲਾਉਣ ਲੱਗੇ ਆ ਭਾਅ ਜੀ ਹੁਣੀ। ਅਤੇ ਸਭ ਤੋਂ ਪਹਿਲਾਂ ਤਾਂ ਸਾਫ਼ ਸਫਾਈ ਹੋਊਗੀ ਗਲਾਸ ਸਕਰੀਨ ਦੇ ਉੱਤੇ, ਭਾਅ ਜੀ ਪਹਿਲਾਂ ਗਲਾਸ ਲੱਗਾ ਨਾ ਕੋਈ ਗਾਰਡ ਵਗੈਰਾ ਨੋਰਮਲੀ, ਅਤੇ ਪਹਿਲਾਂ ਇੱਕ ਪਲਾਸਟਿਕ ਦੀ ਜਿਹੜੀ ਸ਼ੀਲਡ ਜਿਹੀ ਆਉਂਦੀ ਆ ਲਗੇ ਕੰਪਨੀ ਵੱਲੋਂ ਉੱਥੇ ਯੂਜ਼ ਕਰਦੇ ਸੀ ਮੋਬਾਈਲ ਨੂੰ, ਇਹਦੀਆਂ ਜਿੱਦਾਂ ਸਕਰੀਨ ਇਹਦੇ ਨੂੰ ਕਵਰਡ ਪਤਾ ਨਹੀਂ ਕਿਹੜੀ ਹੁੰਦੀ, ਭਾਅ ਜੀ ਇਹ ਕਰਬ ਸਕਰੀਨ ਹੁੰਦੀ ਆ ਉਹ, ਉਹਦੇ ਕਰਕੇ ਸਾਨੂੰ ਸਪੈਸ਼ਲ ਮੰਗਵਾਉਣਾ ਪਿਆ। ਅਤੇ ਗਲਾਸ ਗਾਰਡ ਦੇ ਵਿੱਚ ਵੀ ਦੇਖੋ ਤੁਸੀਂ, ਤੁਹਾਨੂੰ ਪਤਾ ਲੱਗ ਹੀ ਜਾਂਦਾ ਹੋਣਾ ਕਿ ਗਲਾਈ ਜਿਹੀ ਹੈ ਸਾਈਡ ਨੂੰ, ਅਤੇ ਪਹਿਲਾਂ ਆਹ ਵਾਲੇ ਲਿਕੁਇਡ ਜਿਹੜਾ ਵਿੱਚ ਸੀਗਾ ਨਾਲ ਕੰਪਨੀ ਨੇ ਦਿੱਤਾ, ਇਹਨਾਂ ਕੀਤਾ ਜਾਊਗਾ ਸਕਰੀਨ ਨੂੰ ਸਾਫ਼, ਅਤੇ ਉਸ ਤੋਂ ਬਾਅਦ ਲੱਗੂਗਾ ਉੱਥੇ ਗਲਾਸ ਗਾਰਡ। ਵਾਧੂ ਗਲੂ ਵਗੈਰਾ ਲੱਗਾ ਹੋਊਗਾ, ਏਅਰਪੋਰਟ ਵਗੈਰਾ ਓਰੀਜਨਲ, ਤੇ ਬਾਕੀ ਇੱਧਰ ਨੋਇਸ ਵਗੈਰਾ ਦੀਆਂ ਵਾਚਸ ਪਈਆਂ ਆ, ਹੈਡਫੋਨ ਵਗੈਰਾ, ਕਾਫੀ ਚੀਜ਼ਾਂ ਸੈਕਿੰਡ ਹੈਂਡ ਮੋਬਾਈਲ ਵੀ ਵਿੱਚ ਪਏ ਆ ਕਾਫੀ, ਐਪਲ ਤੋਂ ਲੈ ਕੇ ਐਂਡਰੋਇਡ ਤੱਕ ਜੋ ਵੀ ਤੁਹਾਨੂੰ ਚਾਹੀਦੀ ਹੈ ਜਿਸ ਚੀਜ਼ ਵੀ ਨੀਡ ਆ ਇੱਥੇ ਆ ਕੇ ਦੱਸੋ, ਅਵੇਲੇਬਲ ਭਾਅ ਜੀ ਹੁਣੀ ਆਪ ਕਰਾਉਣਗੇ। ਵਾਸ਼ਿੰਗ ਮਸ਼ੀਨਾਂ, ਫਰਿੱਜਾਂ, ਕੂਲਰ ਇੱਧਰ ਵੀ ਪਏ ਆ ਭਾਅ ਜੀ ਉਹਨਾਂ ਦੇ, ਅਤੇ ਦੂਸਰੀ ਦੁਕਾਨ 'ਚ ਵੀ ਤੁਹਾਨੂੰ ਦਿਖਾਵਾਂਗੇ ਅੱਗੇ। ਅਤੇ ਬਾਕੀ ਗੱਲਬਾਤ ਹੁਣ ਭਾਅ ਜੀ ਉਹਨਾਂ ਨਾਲ ਕਰਦੇ ਹਾਂ, ਭਾਅ ਜੀ ਦੱਸੋ ਵਾਸ਼ਿੰਗ ਮਸ਼ੀਨਾਂ ਬਾਰੇ ਕੀ ਹਿਸਾਬ ਕਿਤਾਬ ਹੈ। 17,200 ਰੁਪਏ ਦੀ ਵਾਸ਼ਿੰਗ ਮਸ਼ੀਨ ਆ, ਫੁੱਲੀ ਆਟੋਮੈਟਿਕ, ਜਿਹੜਾ ਤੁਹਾਡਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਮੈਂ ਉਹਨੂੰ 15,500 ਹੀ ਦਊਗਾ। ਠੀਕ ਹੈ, 1200 ਡਿਸਕਾਊਂਟ ਦਊਗਾ ਤੁਹਾਨੂੰ। ਠੀਕ ਹੈ ਜੀ, ਅਤੇ ਬਾਕੀ ਹੁਣ ਕਿੰਨੇ ਕਿੰਨੇ ਮਤਲਬ ਕਿਲੋ ਦੀ ਆਉਣੀ ਜਾਂਦੀ ਆ? 7 ਕਿਲੋ ਦੀ। ਠੀਕ ਹੈ ਜੀ, ਤੁਹਾਨੂੰ ਦਊਗਾ ਮੈਂ ਤਕਰੀਬਨ ਤੁਹਾਡਾ ਚੈਨਲ ਸਬਸਕ੍ਰਾਈਬ ਕਰਨ ਦੇ 20,900 ਦੀ। ਠੀਕ ਹੈ ਜੀ, ਠੀਕ ਹੈ ਜੀ। ਇੱਕ ਕੂਲਰ ਹੈਗਾ ਜੋ ਸੀਜ਼ਨ ਚੱਲਦਾ ਪਿਆ ਇਸ ਟਾਈਮ, ਬਹੁਤ ਵਧੀਆ ਟਾਟਾ ਵੋਲਟਸ ਬ੍ਰਾਂਡ ਆ, ਇਹਦੇ ਸਵਿੰਗ ਅੱਗੇ ਪਿੱਛੇ ਇੱਧਰ ਉੱਪਰ ਥੱਲੇ ਵੀ ਹੁੰਦੀ ਹੈ, ਇਹਦੇ ਇਹਦੇ ਚਾਰੇ ਪਾਸੇ ਜਾਲੀਆਂ ਲੱਗੀਆਂ ਆ, ਕੁਆਲਿਟੀ ਵਾਈਜ਼ ਬਹੁਤ ਵਧੀਆ ਆ, ਮਤਲਬ ਕਿ AC ਟਾਈਪ ਕੂਲਰ ਆਇਆ ਨਾ ਇਹ ਨਵਾਂ, ਬਹੁਤ ਵਧੀਆ। ਤੇ ਸਵਿੰਗ ਜਿਹੜੀ ਉਹ ਅੱਗੇ ਪਿੱਛੇ ਔਰ ਅਪ ਐਂਡ ਡਾਊਨ ਵੀ ਹੁੰਦੀ, ਲੈਫਟ ਰਾਈਟ ਔਰ ਅਪ ਐਂਡ ਡਾਊਨ, ਆਮ ਤਾਂ ਹੁੰਦਾ ਨਾ ਇੱਕ ਸਾਈਡ ਤੁਸੀਂ ਕਰੋਗੇ ਉੱਠ ਕੇ, ਨਹੀਂ ਇਹ ਆਪ ਹੀ ਕਰਦਾ,
ओके जी, ये असी तुहानू फराटा पखा फ्री देवांगे। ठीक है जी, ठीक है जी, जी छत वाला पखा भी ले सकते हैं, कोई एक चीज ले सकते हैं, अपनी तुहाडी मर्जी होगी। जिसने आला कूलर लेना होगा वोल्टस का टाटा का प्रोडक्ट आ, इन्हें फराटा पखा या तुहानू छत वाला पखा फ्री मिलेगा। बाकी होर भाजी जिहड़ियां नवीआं आ गए ਵਾਸ਼ਿੰਗ ਮਸ਼ੀਨ ਹੈ ਨਾ ਵਾਲੇ ਕਲਾਸ ਦੇ ਵਿੱਚ ਆ, ਆਮ ਤੁਹਾਨੂੰ ਫ੍ਰਿਜ ਜਿਹੜੀ ਵਾਸ਼ਿੰਗ ਮਸ਼ੀਨ ਆ ਉਹਦੀ ਤੁਹਾਨੂੰ 1 ਸਾਲ ਦੀ ਵਾਰੰਟੀ ਮਿਲਦੀ ਹੈ ਸਪੌਨ ਵਾਲੀ, ਤੇ ਇੱਕ 5 ਸਾਲ ਦੀ ਮਿਲਦੀ ਧੋਣ ਵਾਲੇ ਦੀ। ਇਹਦੀ 5 ਸਾਲ ਦੀ ਦੋਨਾਂ ਦੀ ਆ। ਇਹਦੀ ਕੀਮਤ ਹੈਗੀ 15,900, ਦਊਂਗਾ ਤੁਹਾਨੂੰ 14,500 ਰੁਪਏ ਦੀ। ਠੀਕ ਹੈ ਜੀ, ਬਾਕੀ ਡਿਸਕਾਊਂਟ ਤੁਸੀਂ ਆਪਣੇ ਹਿਸਾਬ ਨਾਲ ਦੇਖੀ ਜਾਣਾ ਆ, ਡਿਸਕਾਊਂਟ ਤੁਹਾਨੂੰ ਸਪੈਸ਼ਲੀ ਮਿਲੂਗਾ ਜੀ ਸਾਰੇ ਪਾਸੇ। ਤੇ ਬਾਕੀ ਆ ਜਿੱਦਾਂ ਬਟਨ ਵਗੈਰਾ ਕਾਫੀਆਂ ਦੇ ਖਰਾਬ ਹੋ ਜਾਂਦੇ ਆ ਘਰਾਂ ਦੇ ਵਿੱਚ ਪਾਣੀ ਵਗੈਰਾ ਪੈਣ ਨਾਲ, ਉਹਲੀ ਵੀ ਉੱਤੇ ਕਵਰ ਦਿੱਤਾ ਗਿਆ ਹੈ। ਠੀਕ ਆ ਜੀ, ਜਦੋਂ ਤੁਸੀਂ ਨਹੀਂ ਯੂਜ਼ ਕਰਦੇ ਆ ਤਾਂ ਇਹਨੂੰ ਬੰਦ ਕਰਕੇ ਰੱਖ ਸਕਦੇ ਆ। ਜਿਹੜੀ BPL ਦੀ ਫ੍ਰਿਜ ਆ ਵੱਡੀ, ਠੀਕ ਹੈ ਜੀ, ਇਹਦੀ ਬਾਜ਼ਾਰ ਦੀ ਕੀਮਤ ਹੈਗੀ 65,000 ਰੁਪਇਆ, ਅਸੀਂ ਦੇਵਾਂਗੇ 55,500 ਰੁਪਏ ਦੀ। ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਫ੍ਰਿਜ ਇਹਨੇ ਘੱਟ ਰੇਟ ਤੇ ਤੁਹਾਨੂੰ ਮਿਲਦੀ ਪਈ ਹੈ, ਸਿਰਫ SK ਟੈਲੀਕਾਮ ਤੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ। ਇੱਕ ਤੁਹਾਨੂੰ ਛੋਟੀ ਫ੍ਰਿਜ ਫ੍ਰੀ ਦਊਗਾ, ਧਮਾਕਾ ਆਫਰ। ਠੀਕ ਹੈ ਜੀ, ਛੋਟੀ ਫ੍ਰਿਜ ਤੁਹਾਨੂੰ ਫ੍ਰੀ ਮਿਲੂਗੀ ਇਸ ਵੱਡੀ ਫ੍ਰਿਜ ਦੇ ਨਾਲ। ਤੇ ਬਾਕੀ ਭਾਜੀ ਜਿਹੜੇ ਓਵਨ ਵਗੈਰਾ ਵੀ ਦੱਸਿਓ। ਖਾਸੀਅਤ ਇਹ ਵੀ ਆ, ਦੇਖੋ ਤੁਸੀਂ ਇੱਥੋਂ ਗਲਾਸ ਲਾਓਗੇ ਤਾਂ ਵਾਟਰ ਵੀ ਪਾਣੀ ਵੀ ਦਿੰਦੀ ਹੈ ਉਹ। ਠੀਕ ਹੈ ਜੀ, ਠੀਕ ਹੈ ਜੀ, ਆ ਬਾਹਰਲੀ ਸਾਈਡ ਤੇ ਡਿਸਪਲੇ ਆ ਜੇ ਸਾਰੇ, ਅੰਦਰ ਦੇਖੋ ਕਿੰਨਾ ਵਧੀਆ ਸਟੋਰੇਜ, ਬਹੁਤ ਜ਼ਿਆਦਾ ਵਧੀਆ ਸਟੋਰੇਜ ਹੈ ਜੀ। ਠੀਕ ਹੈ ਜੀ, ਤੇ ਭਾਜੀ ਜਿਹੜੇ ਓਵਨ ਵਗੈਰਾ ਪਏ ਆ ਉੱਪਰ ਆਪਣੇ, ਇਹਨਾਂ ਬਾਰੇ ਕੁਝ? ਹਾਂ, ਓਵਨ ਦੇ ਓਵਨ ਹੈਗੇ ਆ, ਕੋਈ 7,000 ਦਾ, ਕੋਈ 10,000 ਦਾ, ਅਲੱਗ ਅਲੱਗ ਰੇਂਜ 'ਚ ਆ। ਆ ਗੋਦਰੇਜ ਦੀ ਫ੍ਰਿਜ ਆ, ਇਹ ਵੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆ। ਇਹਦੇ ਨੀਚੇ ਵੀ ਡਬਲ ਡੋਰ ਆ, ਵੈਜਿਸ ਅਲੱਗ ਆ, ਔਰ ਇਹ ਉੱਪਰ ਹੈ। ਇਹਦੀ ਕੀਮਤ ਹੈਗੀ 26,500 ਰੁਪਈਆ, ਦਊਗਾ ਤੁਹਾਨੂੰ 22,500। ਠੀਕ ਹੈ, ਸਿੱਧਾ ਹੀ 4,000 ਰੁਪਏ ਦਾ ਤੁਹਾਨੂੰ ਇੱਥੇ ਡਿਸਕਾਊਂਟ ਮਿਲੂਗਾ, ਤੇ ਆਉਣਾ ਤੁਸੀਂ ਜ਼ਰੂਰ ਆ। ਤੁਸੀਂ ਪੁਰਾਣੀ ਫ੍ਰਿਜ ਲੈ ਕੇ ਆਓ ਤੇ ਨਵੀਂ ਫ੍ਰਿਜ ਲੈ ਜਾਓ, ਬਾਕੀ ਪੈਸੇ ਆਸਾਨ ਕਿਸ਼ਤ ਲਵਾਂਗੇ ਤੁਹਾਡੇ ਕੋਲ। ਠੀਕ ਹੈ ਜੀ, ਗੋਦਰੇਜ ਵਗੈਰਾ, LG, ਸੈਮਸੰਗ, BPL, ਮਤਲਬ ਕਿ ਸਾਰੀਆਂ ਭਾਜੀ ਹੁਣਾਂ ਕੋਲ ਕੰਪਨੀਆਂ ਅਵੇਲੇਬਲ ਆ, ਤੁਹਾਡੀ ਪਸੰਦ ਆ, ਆ ਕੇ ਪਸੰਦ ਕਰੋ ਚੀਜ਼। ਕੁਛ ਹੈਗਾ ਆਪਣੇ ਕੋਲ, ਆਪਾਂ ਟੌਪ ਦੇ ਬ੍ਰਾਂਡ ਰੱਖੇ ਆ ਸਾਰੇ ਹੈਗੇ, LG ਹੈਗਾ, ਸੈਮਸੰਗ ਹੈਗਾ, ਔਰ ਹਾਇਰ ਹੈਗਾ ਆ, ਫਿਰ ਆਪਣੇ ਕੋਲ ਤਕਰੀਬਨ ਗੋਦਰੇਜ ਹੈਗਾ ਆ, ਤਕਰੀਬਨ ਵਧੀਆ ਬ੍ਰਾਂਡ ਸਾਰੇ ਰੱਖੇ ਆ, ਹਲਕਾ ਬ੍ਰਾਂਡ ਕੋਈ ਨਹੀਂ ਰੱਖਿਆ। ਠੀਕ ਹੈ, ਤੇ ਬਾਕੀ ਜਿੱਦਾਂ ਉੱਪਰ ਤੁਹਾਡੇ ਤੁਸੀਂ ਦੇਖੇ ਹੋਣੇ ਆਮ ਖਾਸ ਆਰੋ ਜਿਹੜੇ ਨੋਰਮਲ ਚੱਲਦੇ ਆ, ਜੇ ਵਧੀਆ ਕੁਆਲਿਟੀ ਤੁਸੀਂ ਆਰੋ ਲੈਣੇ, ਇੱਧਰ ਵੀ ਲੱਗੇ ਹੋਏ ਆ ਭਾਜੀ ਉਹਨਾਂ ਦੇ ਕੋਲ, ਜਿੱਦਾਂ ਆਰੋ ਪਾਣੀ ਫਿਲਟਰ ਵਾਸਤੇ ਤੁਸੀਂ ਲੈ ਸਕਦੇ ਆ, ਬਿਲਕੁਲ ਨਵੇਂ ਜ਼ਮਾਨੇ ਦਾ ਤੇ ਮਾਡਰਨ ਜਿਹੜਾ ਆਰੋ ਲੇ ਪਿਓਰ ਦਾ ਲੱਗਾ ਹੋਇਆ ਇੱਧਰ ਭਾਜੀ, ਤੇ ਜਿਹੜਾ ਮਾਡਰਨ ਜ਼ਮਾਨੇ ਵਿੱਚ ਜੀ ਸਭ ਤੋਂ ਵਧੀਆ ਟੱਚ ਸਕਰੀਨ ਵਾਲਾ ਲੇ ਪਿਓਰ ਦਾ ਇੱਧਰ ਇਹਨਾਂ ਦੇ ਲੱਗਾ ਹੋਇਆ ਆਰੋ, ਤੁਸੀਂ ਇਹ ਵੀ ਦੇਖ ਸਕਦੇ ਆ ਆ ਕੇ। ਤੇ ਸਭ ਤੋਂ ਛੋਟਾ ਕੂਲਰ ਆ ਭਾਜੀ, ਇਹਦਾ ਪ੍ਰਾਈਸ ਦੱਸਿਆ ਜਾਵੇ ਯਾਰ? ਇਹ ਖੋਸਲਾ ਕੰਪਨੀਆਂ ਦੇਣਗੇ 5,500 ਰੁਪਏ ਦਾ। ਠੀਕ ਆਮ ਜਿਹੜੇ ਹੈਗੇ ਆ 3,000 ਦੇ ਬਾਜ਼ਾਰ 'ਚ ਮਿਲਦੇ, ਅਲਮੀਨੀਅਮ ਦੀ ਮੋਟਰ ਹੁੰਦੀ ਆ, ਇਹਦੀ ਕਾਪਰ ਦੀ ਮੋਟਰ ਆ। ਠੀਕ ਹੈ ਜੀ, ਤੇ ਭਾਜੀ ਜਿੱਦਾਂ ਅੱਗੇ ਸਾਊਂਡ ਵਾਲੇ ਪਏ ਆਪਣੇ ਸਾਰੇ ਸਪੀਕਰ ਵਗੈਰਾ ਹੋਮ ਥੀਏਟਰ, ਇਹਨਾਂ ਬਾਰੇ ਵੀ ਹੈਗੇ ਆਪਣੇ ਕੋਲ, ਔਰ ਯੂਨੀਵਰਸਲ ਦੇ ਵੀ ਹੈਗੇ ਆ, ਬਹੁਤ ਵਧੀਆ ਕੁਆਲਿਟੀ ਦੇ ਸਾਊਂਡ, ਬਹੁਤ ਜ਼ਿਆਦਾ ਵਧੀਆ ਵਾਲੇ ਹੈਗੇ ਆ। ਠੀਕ ਹੈ ਜੀ, ਇਹ ਵੀ ਮਤਲਬ ਸਾਰੇ ਜਿਹੜੇ ਆਪਣੇ ਬਜਾਜ ਵਗੈਰਾ ਤੇ ਫਾਈਨਾਂਸ ਹੋ ਜਾਂਦੇ ਆ ਨਾ, ਤੁਸੀਂ ਕਰਵਾ ਸਕਦੇ ਆ। ਤੇ ਬਾਕੀ ਜਿਹੜੀ ਨੇ LCD-ਆਂ ਬਾਰੇ ਥੋੜਾ ਦੱਸਿਓ, ਕਿਹੜੀ ਕਿਹੜੀ ਕੰਪਨੀ ਦੀ LED ਵਗੈਰਾ? LCD ਜਿਹੜੀ ਆਪਣੇ ਕੋਲ ਸੈਮਸੰਗ, ਹਾਇਰ, ਔਰ ਤਕਰੀਬਨ BPL, ਵਧੀਆ ਵਧੀਆ ਬ੍ਰਾਂਡ ਆਪਣੇ ਕੋਲ ਸਾਰੇ ਹੈਗੇ। ਓਕੇ, ਇਨਡੋਰ ਤੇ ਆਊਟਡੋਰ ਯੂਜ਼ ਕਰਨ ਲਈ ਮਤਲਬ ਸਾਰੇ ਤੁਹਾਡੇ ਕੋਲ ਸਪੀਕਰ ਵਗੈਰਾ ਇੱਥੇ ਪਏ ਆ, ਤੇ ਜਿਹੜਾ ਬਾਕੀ ਦਾ ਸਮਾਨ ਹੋਰ ਭਾਜੀ ਹੁਣਾਂ ਕੋਲ ਤੇ ਤੁਹਾਨੂੰ ਦੂਸਰੀ ਦੁਕਾਨ ਤੇ ਆਪਾਂ ਦਿਖਾ ਦੇਵਾਂਗੇ। ਤੇ ਖੁਦ ਭਾਜੀ ਆਪ ਵੀ ਜਿੱਦਾਂ AC ਵਗੈਰਾ ਯੂਜ਼ ਕਰਦੇ ਆ, ਤੁਸੀਂ ਇੱਥੇ ਕੁਆਲਿਟੀ ਵੀ ਦੇਖ ਸਕਦੇ ਆ, ਲੱਗੇ ਹੋਏ ਆ ਚਲਾ ਕੇ ਵੀ ਤੁਹਾਨੂੰ ਭਾਜੀ ਹੁਣੇ ਦਿਖਾ ਦੇਣਗੇ। ਤੇ ਜਿਨ੍ਹਾਂ ਨੇ ਆਉਣਾ ਆ ਜ਼ਰੂਰ ਆਇਓ, ਤੁਹਾਨੂੰ ਲੋਕੇਸ਼ਨ ਵਗੈਰਾ ਹੀ ਦੱਸ ਦੇਵਾਂਗੇ। ਤੇ ਹੋਰ ਭਾਜੀ ਕੋਈ ਆਫਰ ਵਗੈਰਾ ਤੁਸੀਂ ਜਿੱਦਾਂ ਕੱਢਦੇ ਰਹਿੰਦੇ ਆ, ਦੀਵਾਲੀ, ਲੋਹੜੀ ਵਗੈਰਾ ਕੁਛ, ਉਹਨਾਂ ਬਾਰੇ ਵੀ ਦੱਸੋ ਮਾੜਾ ਜਿਹਾ। ਤਕਰੀਬਨ 39,990 ਦਾ ਤੁਹਾਨੂੰ ਕੈਰੀਅਰ ਦਾ AC ਦਊਂਗਾ, ਇਹਦੀ ਫਿਟਿੰਗ ਫ੍ਰੀ ਹੋਊਗੀ, ਸਟੈਂਡ ਫ੍ਰੀ ਹੋਊਗਾ ਨਾਲ, ਕੁਆਲਿਟੀ ਵਾਈਜ਼ ਬਹੁਤ ਵਧੀਆ ਹੋਊਗਾ। ਤੇ ਸਰਵਿਸ ਵਗੈਰਾ ਜਿਹਦਾ ਤੁਸੀਂ ACਾਂ ਵਗੈਰਾ ਦੀ ਹੋ ਗਈ ਜਾਂ ਕਹਿ ਲਓ RO ਦੀ ਹੋ ਗਈ ਆ, ਉਹਨਾਂ ਬਾਰੇ ਕਸਟਮਰ ਦਾ ਅਸੀਂ ਨੰਬਰ ਨੋਟ ਕੀਤਾ, ਡਿਟੇਲ ਦੇ ਹਿਸਾਬ ਨਾਲ ਆਪੇ ਸਾਡੀ ਕੰਪਨੀ ਵਾਲੇ ਉਹਨਾਂ ਨੂੰ ਮੈਸੇਜ ਕਰਕੇ ਉਹਨਾਂ ਦੇ ਘਰ ਪਹੁੰਚ ਕੇ ਸਰਵਿਸ ਕਰ ਦਿੰਦੇ। ਠੀਕ ਹੈ ਜੀ, ਤੇ ਬਾਕੀ ਸਮਾਨ ਤੁਸੀਂ ਦੇਖ ਹੀ ਲਿਆ, ਤੇ ਹੁਣ ਆਪਾਂ ਚੱਲਦੇ ਹਾਂ ਜੀ ਦੂਸਰੀ ਦੁਕਾਨ ਤੇ। ਤੇ ਤੁਹਾਨੂੰ ਦੂਸਰੀ ਦੁਕਾਨ ਤੇ ਜਾਣਾ ਜੀ, ਬੱਚਿਆਂ ਵਾਸਤੇ ਅਲਮਾਰੀਆਂ ਆ, ਠੀਕ ਆ ਜੀ, ਤੇ ਬਾਕੀ ਆ ਦੂਜੇ ਰੱਖੇ ਆ ਭਾਜੀ ਜਿਹੜੇ ਇਨਵਰਟਰ ਵਗੈਰਾ, ਕੂਲਰ ਆ, ਤੇ ਛੋਟੇ ਪੱਖੇ ਆ। ਭਾਜੀ ਦੱਸੋ ਕਿੰਨੇ ਕਿੰਨੇ ਸਟਾਰਟ ਆ, ਕੀ ਕੀ ਹਿਸਾਬ ਤਾਬ ਇਹਨਾਂ ਦਾ? ਜਿਹੜੀ ਇਹ ਕੋਸਲਾ ਕੰਪਨੀ ਦੀ ਅਲਮਾਰੀ ਆ ਨਾ, ਇਹ ਸਭ ਤੋਂ ਵਧੀਆ ਅਲਮਾਰੀ ਆ, ਇਹ 25 ਸਾਲ ਲੋਕ ਦੀ ਗਰੰਟੀ ਆ, 25 ਸਾਲ ਦੀ ਕਲਰ ਦੀ ਗਰੰਟੀ ਆ। ਓਕੇ, 25-25 ਸਾਲ ਗਰੰਟੀ ਵਾਰੰਟੀ ਆ ਨਾ ਇਹਨਾਂ ਦੀ, ਮਤਲਬ ਕਲਰ ਦੀ ਤੇ ਲੋਕ ਦੀ, ਹੈ ਨਾ? ਆਮ ਤੁਸੀਂ ਕਿਤੇ ਵੀ ਅਲਮਾਰੀ ਲੈਂਦੇ ਤਾਂ ਉਹ ਤੁਹਾਨੂੰ ਸਪੈਸ਼ਲੀ ਕਹਿ ਦਿੰਦੇ ਕਿ ਅੱਜ ਤੁਸੀਂ ਲੈ ਚੱਲੇ ਆ, ਖਿਆਲ ਨਾਲ ਲੋਕ ਦਾ ਜੋ ਵੀ ਹੈਗਾ ਆ, ਤੁਸੀਂ ਮੁਰਗਾ ਜ਼ਿੰਮੇਵਾਰ ਹੋ, ਇਹ ਚ ਇਦਾਂ ਨਹੀਂ। ਕਿਉਂਕਿ ਬੱਚੇ ਕਈ ਵਾਰੀ ਇਹਨੂੰ ਖਿੱਚਦੇ ਵੀ ਆ ਜਾਂ ਜ਼ੋਰ ਨਾਲ ਖੋਲਦੇ ਵੀ ਆ ਨਾ, ਕੋਈ ਚੱਕਰ ਦਾ ਨਹੀਂ। ਸਟਰੋਂਗ ਆ ਔਰ ਮੈਟ ਚ ਬਣੀ ਹੋਈ ਆ। ਠੀਕ ਹੈ ਜੀ, ਨੋਰਮਲ ਨਹੀਂ ਅਲਮਾਰੀ ਹੈਗੀ,
आम अलमारियां ਤੁਹਾਨੂੰ ਪਲੇਨ ਮਿਲ ਰਹੀਆਂ ਡਾਟਡ ਹੁੰਦੀ ਹੈ ਠੀਕ ਹੈ ਜੀ ਤੇ ਬਾਕੀ ਆਪਣੇ ਜਿੱਦਾਂ ਕੀ ਪ੍ਰਾਈਸ ਹੈ ਇਹਨਾਂ ਦੇ ਦੋਨਾਂ ਦੇ ਇਹ ਤਕਰੀਬਨ ਹੈਗੀ ਆ ਕੋਈ 5500 ਦੇ ਆਸ-ਪਾਸ 5500 ਦੇ ਲੱਗ ਸ਼ੱਕੇ ਹੈ ਨਾ ਬਾਕੀ ਮਾਣ ਤਾਂ ਮੌਕੇ ਤੁਸੀਂ ਕਰ ਲੈਣਾ ਆਪੇ ਹੀ ਇਧਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਣਗੇ ਔਰ ਅਸੀਂ ਉਹਨੂੰ ₹500 ਸਪੈਸ਼ਲ ਡਿਸਕਾਊਂਟ ਦੇਵਾਂਗੇ ਬਹੁਤ ਬਹੁਤ ਧੰਨਵਾਦ ਬਾਕੀ ਹੁਣ ਆਉਣਾ ਜੀ ਸਾਰਿਆਂ ਨੇ ਆ ਤੇ ਅਲਮਾਰੀਆਂ ਅੱਗੇ ਭਾਜੀ ਦਿਖਾਓ ਜਰਾ ਇਹ ਲੱਕੜ ਦੀ ਅਲਮਾਰੀ ਆ ਇਹ ਤੁਹਾਨੂੰ ਤਕਰੀਬਨ 5 ਫੁੱਟ ਹੈਗੀ ਇਹਦੀ ਚੌੜਾਈ ਠੀਕ ਹੈ ਜੀ ਉਚਾਈ ਜਿਹੜੀ ਹੈਗੀ ਹੈ 6 ਫੁੱਟ ਤੋਂ ਉੱਪਰ ਹੀ ਆ ਓਕੇ ਓਕੇ 6.5 ਫੁੱਟ ਹੁੰਦੀ ਆ ਠੀਕ ਹੈ ਬਾਕੀ ਜਿਹਦਾ ਇਹਨਾਂ ਵਿੱਚ ਪੈਸੇ ਵਗੈਰਾ ਰੱਖਣ ਨੂੰ ਸਪੈਸ਼ਲ ਕੁਝ ਹੈਗਾ ਲੋਕਰ ਵਗੈਰਾ ਕੁਝ ਤਾਂ ਅੱਜਕੱਲ ਚੱਲਦੇ ਆ ਜਾਂ ਕੋਈ ਸੀਕ੍ਰੈਟ ਲੋਕਰ ਵਗੈਰਾ ਹੁੰਦੇ ਵਿੱਚ ਇਹਦੇ ਹਾਂਜੀ ਹਾਂਜੀ ਇਹਨਾਂ ਚਾਹੀਦੇ ਠੀਕ ਹੈ ਬਾਕੀ ਅੱਗੇ ਵੀ ਤੁਹਾਨੂੰ ਤੁਸੀਂ ਦੇਖੀ ਜਾਓ ਸਾਰੇ ਜਿਨ੍ਹਾਂ 'ਚ ਜੋ ਜੋ ਮਤਲਬ ਕਿ ਤੁਹਾਨੂੰ ਮਿਲਦੀਆਂ ਪਈਆਂ ਆ ਅਲਮਾਰੀਆਂ ਉਸ ਹਿਸਾਬ ਨਾਲ ਮਤਲਬ ਕਿ ਹੋਣਗੇ ਲੋਕਰ ਵਗੈਰਾ ਨਾ ਜਿੱਦਾਂ ਥੋੜ੍ਹਾ ਰੇਂਜ ਅਪ ਡਾਊਨ ਹੁੰਦੀ ਰਹਿੰਦੀ ਹੈ ਅਜੇ ਸੀਕ੍ਰੈਟ ਲੋਕਰ ਵਗੈਰਾ ਹੈਗੇ ਆ ਤੇ ਸਮਾਨ ਵਗੈਰਾ ਰੱਖ ਸਕਦੇ ਆ ਓਕੇ ਸਲਾਈਡ ਵਾਲੇ ਆ ਨਾ ਭਾਈ ਸਾਰੇ ਡਰੋ ਜਿੰਨੇ ਵੀ ਇਹਦੇ ਠੀਕ ਹੈ ਤੇ ਬਾਕੀ ਭਾਜੀ ਅੱਗੇ ਜਿਹੜੀਆਂ ਅਲਮਾਰੀਆਂ ਆ ਅੱਗੇ ਆਪਣੇ ਅਲਮਾਰੀ ਦੀ ਵੈਸੇ ਕੀਮਤ ਹੈਗੀ ਆ 11900 ਜਿਹੜੇ ਤੁਹਾਡੇ ਚੈਨਲ ਸਬਸਕ੍ਰਾਈਬ ਕਰਾ ਕੇ ਸਾਨੂੰ ਵੀਡੀਓ ਤਾਂ ਸਬਸਕ੍ਰਾਈਬ ਚੈਨਲ ਕੀਤਾ ਹੋਇਆ ਦਿਖਾਉਣਗੇ ਅਸੀਂ ₹1000 ਕਲਵਾਰੀ ਡਿਸਕਾਊਂਟ ਕਰਾਂਗੇ ਠੀਕ ਹੈ ਜੀ ਲਓ ਜੀ ₹500 ਜਿਹੜਾ ਛੋਟੀ ਬੱਚਿਆਂ ਦੀ ਅਲਮਾਰੀ ਤੇ ਵੱਡੀ ਜਿਹੜੀ ਅਲਮਾਰੀ ਆ ਉਹ ਤੇ ₹1000 ਡਿਸਕਾਊਂਟ ਹੋਊਗਾ ਸਬਸਕ੍ਰਾਈਬ ਕਰਕੇ ਦਿਖਾ ਕੇ ਭਾਜੀ ਫੇਰ ਤੁਸੀਂ ਅਲਮਾਰੀ ਦੇ ਡਿਸਕਾਊਂਟ ਕਰਨਾ ਆ ₹10100 ਦੀ ਆ ਆਹ ਅੱਗੇ ਕਾਦੀ ਉਹਨੀ ਭਾਜੀ ਇਹ ਅਲਮਾਰੀ ਹੈਗੀ ਲੋਹੇ ਦੀ ਬਣੀ ਹੋਈ ਲੋਹੇ ਦੀ ਹੈ ਨਾ ਇਹਦੀ ਕੀਮਤ ਹੈਗੀ ਤਕਰੀਬਨ 17.5 ਹਜ਼ਾਰ ਠੀਕ ਹੈ ਭਾਈ 6 ਦੀ ਹੈ ਅਲਮਾਰੀ ਵੱਡੀ ਅਲਮਾਰੀ ਸੋਹਣੀ ਕੁਆਲਿਟੀ ਵਾਈਜ਼ ਬਹੁਤ ਵਧੀਆ ਬਣੀ ਹੋਈ ਆ ਠੀਕ ਹੈ ਜੀ ਹੈਂਡਮੇਡ ਨਿਗੀ ਹੈ ਉਹ ਮਸ਼ੀਨ ਦੇ ਨਾਲ ਬਣੀ ਹੋਈ ਅਲਮਾਰੀ ਹੁੰਦੀ ਠੀਕ ਹੈ ਇਹਦੀ ਕੀਮਤ ਹੈਗੀ 17500 ਤੁਹਾਡੇ ਲੈ ਕੇ ਫਿਰ ₹1000 ਡਿਸਕਾਊਂਟ ਵੀ ਦੇਣਾ ਠੀਕ ਹੈ ਜਿਹੜੀ 17500 ਦੀ ਆ ਤੁਹਾਨੂੰ 16500 ਦੀ ਮਿਲੂਗੀ ਤੇ ਆਉਣਾ ਜ਼ਰੂਰ ਹੈ ਬਾਕੀ ਭਾਜੀ ਫਰਿੱਜਾਂ ਬਾਰੇ ਦੱਸੋ ਮਾੜਾ ਮੋਟਾ ਜਿੱਦਾਂ ਆਪਾਂ ਦੂਜੀ ਦੁਕਾਨ ਤੇ ਵੀ ਦੇਖੀਆਂ ਇਹਦੇ ਬਾਰੇ ਦੱਸੋ BPL ਕੰਪਨੀ ਜਿੱਦਾਂ ਮਤਲਬ ਤੁਹਾਡੇ ਹਿਸਾਬ ਨਾਲ ਅਸੀਂ ਨਾ ਬਜਾਜ ਦਾ ਜਿਹੜਾ ਕਾਰਡ ਤੁਹਾਨੂੰ ਫ੍ਰੀ ਬਣਾ ਕੇ ਦੇਵਾਂਗੇ ਠੀਕ ਹੈ ਜਿਹੜੇ ਵੀ ਕਸਟਮਰ ਸਾਡੇ ਕੋਲ ਆਉਣਗੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਠੀਕ ਹੈ ਜੀ ਤੇ ਬਾਕੀ ਇਨਵਰਟਰਾਂ ਬਾਰੇ ਦੱਸੋ ਮਾੜੇ ਨਾਲ ਜਿਹੜੇ ਕੂਲਰ ਵਗੈਰਾ ਆਪਣੇ ਇੱਥੇ ਕਵਰ ਹੀ ਪਏ ਆ ਕਿਉਂਕਿ ਇਹ ਕਿਸ ਕੰਪਨੀ ਦੇ ਕੂਲਰ ਆ ਠੀਕ ਹੈ ਜੀ ਤੁਹਾਨੂੰ ਦਿਖਾ ਦਿੰਦੇ ਆ ਕੁਆਲਿਟੀ ਵਾਈਜ਼ ਬਹੁਤ ਵਧੀਆ ਹੁੰਦੇ ਆ ਪ੍ਰੋਪਰ ਦੇ ਵਿੱਚ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਹਾਨੂੰ ਅਲਮੀਨੀਅਮ ਦੇ ਕੂਲਰ ਜ਼ਿਆਦਾ ਮਿਲਣਗੇ ठीक है जी तो बाकी तुसी देख लो जिदा हाली अलमारी इधर पई है ना जिदा तुसी नॉर्मल अपने घर च जां दुकान ते रख सकते हैं कोई अपनी फाइल या कपड़े या कुछ भी जिदा परसनल कुछ भी रखना आवे सांभ के तुसी रख सकते हैं बाकी इधर इनवर्टर पए है इन्हां बारे भी तुहानू भाजी आप ही दसणगे उत्ते आरो पए है इधर है ना वाटर फिल्टर जिहड़े हुंदे आ ते दो तीन कंपनियां जिदा भाजी हुणा कोल इनवर्टर है गया ते बेस्ट जिदा क्वालिटी दे होणगे ਇਧਰ ਭਾਈ ਹੁਣੇ ਕੂਲਰ ਕਰ ਲਿਆ ਓਪਨ ਭਾਈ ਦੱਸੋ ਇਹਦੇ ਬਾਰੇ ਕੂਲਰ ਬਾਰੇ ਕੀ ਹਿਸਾਬ ਤਾਬ ਹੈ ਇਹਦਾ ਕੀ ਪ੍ਰਾਈਸ ਹੈ ਕੁਆਲਿਟੀ ਵਿੱਚ ਬਹੁਤ ਵਧੀਆ ਆ ਖੋਸਲਾ ਕੰਪਨੀ ਦਾ ਕੂਲਰ ਹੈ ਟੌਪ ਦਾ ਬ੍ਰਾਂਡ ਆ ਠੀਕ ਹੈ ਜੀ ਤੇ ਕੀ ਰੇਟ ਹੈ ਭਾਜੀ ਇਹਦਾ ਇਹ 11900 ਦਾ ₹1000 ਡਿਸਕਾਊਂਟ ਮਿਲ ਰਿਹਾ ਇਹਦੇ ਠੀਕ ਹੈ ਜੀ ਹਰੇਕ ਚੀਜ਼ ਮਤਲਬ ਜਿਹੜੀ ਬੱਚਿਆਂ ਵਾਲੀ ਆ ਉੱਤੇ ਤੁਹਾਨੂੰ ₹500 ਡਿਸਕਾਊਂਟ ਜਿਹੜੀ ਤੁਹਾਡੀ ਵੱਡੀ ਕੋਈ ਚੀਜ਼ ਤੁਸੀਂ ਲੈਣੀ ਆ ਕੋਈ ਕੂਲਰ ਹੋ ਗਈ ਅਲਮਾਰੀ ਹੋ ਗਈ ਫ੍ਰਿਜ ਹੋ ਗਈ ਉੱਤੇ ₹1000 ਡਿਸਕਾਊਂਟ ਭਾਜੀ ਨੇ ਦੇਣਗੇ ਚੈਨਲ ਸਬਸਕ੍ਰਾਈਬ ਕਰਕੇ ਜ਼ਰੂਰ ਆਇਓ ਤੇ ਜਿਹੜਾ ਬਜਾਜ ਦਾ ਕਾਰਡ ਆ ਫਰਿੱਜ ਵਗੈਰਾ ਤੇ ਤੁਹਾਨੂੰ ਫ੍ਰੀ ਬਣਾ ਕੇ ਦਿੱਤਾ ਜਾਊਗਾ ਤੇ ਹਰੇਕ ਤਰ੍ਹਾਂ ਦੀ ਇਹਨਾਂ ਕੋਲ ਜਿੱਦਾਂ ਲੋਨ ਲਈ ਤੁਸੀਂ ਕੋਈ ਵੀ ਚੀਜ਼ ਲੋਨ ਤੇ ਲੈਣੀ ਆ ਉਹ ਸਾਰੀ ਅਵੇਲੇਬਲ ਆ ਇੱਥੇ ਜ਼ਰੂਰ ਆਇਓ ਨਹੀਂ ਵੀ ਤੁਹਾਡਾ ਕੋਈ ਲੋਨ ਗਰੰਟੀ ਜਾਂ ਲੋਨ ਦਾ ਬਜਾਜ ਦਾ ਨਹੀਂ ਹੁੰਦਾ ਸਾਡੇ ਕੋਲ ਪ੍ਰਾਈਵੇਟ ਫਾਈਨਾਂਸ ਵੀ ਹੋਏ ਓਕੇ ਮਤਲਬ ਪ੍ਰਾਈਵੇਟ ਕਰ ਦਾਂਗੇ ਜੇ ਤੁਹਾਡਾ ਮਤਲਬ ਕੋਈ ਵੀ ਕੰਪਨੀ ਤੁਹਾਡਾ ਨਹੀਂ ਚੱਕ ਰਹੀ ਲੋਨ ਤੇ ਬਾਕੀ ਆ ਜਿਹੜੇ ਪੈਕ ਪਈਆਂ ਆ ਕਿ ਸਕ੍ਰੈਚ ਵਗੈਰਾ ਨਾ ਪੈਣ ਉਹਨਾਂ ਕਰਕੇ ਜਿੱਦਾਂ ਕਵਰ ਦੇ ਵਿੱਚ ਹੀ ਰੱਖੀਆਂ ਭਾਜੀ ਹੁਣੀ ਤੇ ਬਾਕੀ ਭਾਜੀ ਆ ਅੱਗੇ ਏਸੀ ਵਗੈਰਾ ਸਾਰੇ ਪਏ ਹੋਏ ਆ ਏਸੀ ਵਗੈਰਾ ਪਏ ਆ ਸੈਮਸੰਗ ਦੇ ਹੋ ਗਏ ਹੋਰ ਕਈ ਐਲਜੀ ਵਗੈਰਾ ਦੀਆਂ ਫਰਿੱਜਾਂ ਹੋ ਗਈਆਂ ਕਾਫੀ ਹੈਗੀਆਂ ਭਾਜੀ ਕਿਹੜੀਆਂ ਕਿਹੜੀਆਂ ਆਪਣੇ ਵਿੱਚ ਜਿੱਦਾਂ ਅੱਜ ਕੱਲ ਕਹਿੰਦੇ ਇਨਵਰਟਰ ਕੋਈ ਕੁਛ ਕਰਕੇ ਆਉਂਦੇ ਉਹਨਾਂ ਦਾ ਕੀ ਹਿਸਾਬ ਤਾਂ ਮਲੜੇ ਏਸੀ ਆ ਏਸੀ ਤਕਰੀਬਨ ਕੈਰੀਅਰ ਡਾਈਕਨ ਔਰ BPL ਔਰ ਸੈਮਸੰਗ ਇਦਾਂ ਦੇ ਵਧੀਆ ਬ੍ਰਾਂਡ ਹੈਗੇ ਹਲਕੇ ਨਹੀਂ ਆਪਾਂ ਕੋਈ ਤੇ ਹੋਰ ਬਾਕੀ ਕੁਝ ਭਾਜੀ ਤੁਸੀਂ ਆਪਣੇ ਜਿਹੜੇ ਇਨਵਰਟਰ ਪਏ ਇੱਧਰ ਬਾਹਰ ਜਰਾ ਉਹਨਾਂ ਬਾਰੇ ਵੀ ਕੋਈ ਗੱਲਬਾਤ ਦੱਸੀ ਜਾਵੇਗਾ ਕੀ ਰੇਟ ਆ ਇਹਨਾਂ ਦੇ ਬਾਕੀ ਲਾਗੇ ਭਾਜੀ ਚਰਚ ਆ ਤੇ ਬਾਕੀ ਕਈਆਂ ਨੇ ਪਾਠ ਵਗੈਰਾ ਰੱਖਿਆ ਹੋਇਆ ਉਹਨੂੰ ਜਿਹੜੀ ਆਡੀਓ ਥੋੜਾ ਜਿਹਾ ਨਾ ਪਿੱਛੇ ਆ ਰਹੀ ਆ ਉਹਨੂੰ ਤੁਸੀਂ ਇਗਨੋਰ ਕਰਿਓ ਤੇ ਭਾਈ ਤੁਸੀਂ ਇਹਨਾਂ ਬਾਰੇ ਦੱਸੋ ਇਨਵਰਟਰ ਕਿਹੜੀ ਕਿਹੜੀ ਕੰਪਨੀ ਦੇ ਆ 700 ਪਾਵਰ ਦਾ ਇਨਵਰਟਰ ਦੇਵਾਂਗੇ ਆਪਾਂ ਲੂਮੀਨਸ ਦਾ ਠੀਕ ਹੈ ਔਰ ਜਿਹੜਾ ਬੈਟਰਾ ਹੋਊਗਾ ਉਹ 150 mAh ਦਾ ਹੋਊਗਾ ਉਹ ਤੁਹਾਨੂੰ ਸੈੱਟ ਦੇ ਦਾਂਗੇ 15500 ਦਾ
खासियत ਸਾਡੇ ਟੈਕਨੀਸ਼ੀਅਨ ਜਿਹੜੇ 1 ਸਾਲ ਬਾਅਦ ਤੁਹਾਡੀ ਓਵਰਆਲ ਸਰਵਿਸ ਕਰਕੇ ਜਾਂਦੇ ਇਹਦੀ ਕੀਮਤ 3000 ਰੁਪਈਆ ਹੁੰਦੀ ਆ ਉਹ ਫ੍ਰੀ ਆਫ ਕਾਸਟ ਕਰਕੇ ਜਾਂਦੀ ਮਤਲਬ 3000 ਵਾਲੀ ਜਿਹੜੀ ਸਰਵਿਸ ਆ ਉਹ ਫ੍ਰੀ ਕਰਕੇ ਜਾਂਦੇ ਆ ਇਹ ਆਰਓ ਦੀ ਜਿੱਦਾਂ ਕੋਈ ਵੀ ਤੁਹਾਡੇ ਸਰਵਿਸ ਆ ਉਹ ਫ੍ਰੀ ਕਰਕੇ ਜਾਂਦੇ ਜਿਹੜੀ 3000 ਦੀ ਹੁੰਦੀ ਆ ਤੇ ਬਾਈ ਜਿੱਦਾਂ ਪੁਰਾਣੀ ਬੈਟਰੀ ਪਈ ਹੈ ਇਹਦਾ ਕੀ ਹਿਸਾਬ ਦਾ ਤੁਸੀਂ ਕਿਤੇ ਜਿੱਦਾਂ ਪੁਰਾਣਾ ਇਨਵਰਟਰ ਲਗਾ ਪੁਰਾਣੀਆਂ ਬੈਟਰੀਆਂ ਲੈ ਕੇ ਨਵੀਆਂ ਬੈਟਰੀਆਂ ਆਪਾਂ ਦਿੰਦੇ ਆ ਜੇ ਕਿਸੇ ਨੇ ਕੇਸ ਕਰਾਉਣਾ ਹੋਵੇ ਪੁਰਾਣੀ ਦੀ ਡਾਊਨ ਪੇਮੈਂਟ ਕੱਟ ਲਈਦੀ ਹੈ ਫਿਰ ਬਾਕੀ ਦੇ ਪੈਸੇ ਵੀ ਅਸੀਂ ਕੇਸ ਕਰਾਂਗੇ ਮਤਲਬ ਪੁਰਾਣਾ ਇਨਵਰਟਰ ਲਿਆ ਕੇ ਤੁਹਾਡੇ ਕੋਲ ਨਵਾਂ ਇਨਵਰਟਰ ਲੈ ਸਕਦੇ ਆ ਤੇ ਪੁਰਾਣਾ ਤੁਸੀਂ ਉਹ ਮਤਲਬ ਕਿ ਪੈਸੇ ਕੱਟ ਸਕਦੇ ਆ ਨਾ ਵਿੱਚੋਂ ਵੀਡੀਓ ਦੇ ਉਹਨਾਂ ਦੇ ਹਨਾ ਤੇ ਬਾਕੀ ਤੁਹਾਨੂੰ ਐਡਰੈਸ ਦੱਸ ਹੀ ਦਿੱਤਾ ਹੈ ਬਾਬਾ ਯਾਰ ਪੀਰ ਜੀ ਦੀ ਜਗ੍ਹਾ ਦੇ ਬਿਲਕੁਲ ਸਾਹਮਣੇ ਦੁਕਾਨ ਆ ਭਾਜੀ ਉਹਨਾਂ ਦੀ ਐਸਕੇ ਟੈਲੀਕਾਮ ਗਰਮੀਆਂ ਹੁਣ ਸਰਦੀਆਂ ਹੁਣ ਕੋਈ ਦੀਵਾਲੀ ਹੋਵੇ ਤਿਉਹਾਰ ਹੋਵੇ ਲੋਹੜੀ ਵਗੈਰਾ ਸਾਰਿਆਂ ਦੇ ਡਿਸਕਾਊਂਟ ਭਾਜੀ ਉਹਨਾਂ ਦੇ ਚੱਲਦੇ ਆ ਬਸ ਲੋਕੇਸ਼ਨ ਜਿੱਥੇ ਰੱਖਣੀ ਆ ਭੋਗਪੁਰ ਤੋਂ ਆਉਂਦੇ ਬੁੱਲੋਵਾਲ ਰੋਡ ਤੇ ਬਰਾਮ ਸ਼ਰੀਸਤਾ ਪਿੰਡ ਆ ਜੀ ਤੇ ਜ਼ਰੂਰ ਵਿਜ਼ਿਟ ਕਰਿਓ ਤੇ ਬਾਕੀ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਗਾਰਡ ਲਾ ਕੇ ਦਿੱਤਾ ਦਰਸ਼ਕਾਂ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਹਾਂਜੀ ਤੇ ਵੱਧ ਤੋਂ ਵੱਧ ਹੁਣ ਤੁਸੀਂ ਚੈਨਲ ਨੂੰ ਜੀ ਸਪੋਰਟ ਕਰਿਓ ਤੇ ਬਾਕੀ ਭਾਜੀ ਹੁਣਾਂ ਤੁਹਾਨੂੰ ਦੱਸ ਦਿੱਤਾ ਜੀ ਜਿੱਦਾਂ ਕਿ ਜਿੰਨੇ ਵੀ ਆਉਣਗੇ ਆਪਣੇ ਸਬਸਕ੍ਰਾਈਬਰ ਤੁਸੀਂ ਇੱਥੇ ਸਬਸਕ੍ਰਾਈਬ ਕਰਕੇ ਬੱਚਿਆਂ ਵਾਲੀ ਜਿਹੜੀ ਅਲਮਾਰੀ ਵਗੈਰਾ ਆ ਉਹ 'ਤੇ ਤੁਹਾਨੂੰ 500 ਰੁਪਏ ਡਿਸਕਾਊਂਟ ਵੱਡੀਆਂ ਅਤੇ 1000 ਰੁਪਇਆ ਦੇ ਜਿੰਨੇ ਵੀ ਫਰਿੱਜਾਂ ਆ ਅਤੇ ਬਾਕੀ ਭਾਜੀ ਉਹਨਾਂ ਦੇ ਨੰਬਰ ਅਤੇ ਲੋਕੇਸ਼ਨ ਮੈਂ ਡਿਸਕ੍ਰਿਪਸ਼ਨ ਦੇ ਦੇਣੀ ਆ ਅਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਕਰਿਓ ਨਵੇਂ ਬਲੌਗ ਦੇ ਵਿੱਚ ਜਦੋਂ ਭਾਜੀ ਹੋਣੀ ਕੋਈ ਨਵਾਂ ਔਫਰ ਲੈ ਕੇ ਆਉਣਗੇ ਤੁਹਾਨੂੰ ਉਹ ਔਫਰ ਵੀ ਅਸੀਂ ਇਸੇ ਬਲੌਗ 'ਤੇ ਦੱਸਾਂਗੇ ਕਿ ਭਾਜੀ ਨੇ ਕਿਹੜਾ ਕਿਹੜਾ ਔਫਰ ਅਤੇ ਕਿਹੜੇ ਕਿਹੜੇ ਫੈਸਟੀਵਲ 'ਤੇ ਰੱਖਿਆ ਆ ਅਤੇ ਜੇ ਤੁਸੀਂ ਚੈਨਲ ਨੂੰ ਪਿਆਰ ਦਿਓਗੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਅਤੇ ਹੋਰ ਨਵੇਂ ਤਾਂ ਤੁਸੀਂ ਤੁਹਾਨੂੰ ਬਲੌਗ ਅਸੀਂ ਪੇਸ਼ ਕਰਾਂਗੇ ਅਤੇ ਬਾਕੀ ਚੈਨਲ ਨੂੰ ਸਪੋਰਟ ਮੈਂ ਕਹਿੰਦਾ ਫੇਰ ਕਰਿਓ ਅਤੇ ਬਹੁਤ ਬਹੁਤ ਧੰਨਵਾਦ ਬਲੌਗ ਦੇਖਣ ਲਈ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ।